ਇੱਥੋਂ ਜ਼ਮੀਨ ਤੋਂ ਲੈ ਕੇ ਅਸਮਾਨ ਦਾ ਫਾਸਲਾ ਕਰੋੜਾਂ ਮੀਲਾਂ ਤੋਂ ਜ਼ਿਆਦਾ। ਜਿੰਨੀ ਦੂਰ ਪਹਿਲਾਂ ਅਸਮਾਨ ਹੈ ਨਾ, ਫਿਰ ਇੰਨਾ ਹੀ ਪਹਿਲੇ ਅਸਮਾਨ ਦੀ ਮੋਟਾਈ ਹੈ। ਜਿੰਨਾ ਪਹਿਲੇ ਤੋਂ ਦੂਸਰਾ ਅਸਮਾਨ, ਉਹ ਵੀ ਇੰਨਾ ਹੀ ਫਾਸਲਾ, ਉਹਦੀ ਵੀ ਮੋਟਾਈ ਇੰਨੀ। ਪਰ ਤੀਸਰਾ ਵੀ ਉਹਦੀ ਦੂਰ, ਉਹ ਵੀ ਉਹਦਾ ਮੋਟਾ। ਚੌਥਾ ਵੀ ਉਹਦਾ ਥੋੜੀ ਦੂਰ, ਉਹਦੀ ਵੀ ਮੋਟਾਈ ਉਨੀ। ਪੰਜਵਾਂ ਅਸਮਾਨ ਵੀ ਉਨੀ ਦੂਰ, ਉਹਦੀ ਮੋਟਾਈ ਵੀ ਉਨੀ। ਛੇਵਾਂ ਵੀ ਉਨੀ ਦੂਰ, ਉਹਦੀ ਮੋਟਾਈ ਵੀ ਉਨੀ। ਸੱਤਵਾਂ ਵੀ ਉਨੀ ਦੂਰ, ਉਹਦੀ ਮੋਟਾਈ ਉਨੀ। ਤੇ ਸੱਤਾਂ ਅਸਮਾਨਾਂ ਦੇ ਉੱਤੇ ਜੰਨਤ, ਸੱਤਾਂ ਅਸਮਾਨਾਂ ਦੇ ਉੱਤੇ ਜੰਨਤ। ਤੇ ਸਾਡੇ ਆਕਾ ਜ਼ਮੀਨ ਤੇ ਖਲੋ ਕੇ ਜੰਨਤ ਦੇ ਬੂਟਿਆਂ ਨੂੰ ਹੱਥ ਪਾ ਲੈਂਦੇ ਨੇ। ਬੁਖਾਰੀ ਸ਼ਰੀਫ ਚ ਜ਼ਾਬਤ ਹੈ, ਅਸਹਲ ਕੁਤਬ ਬਾਦ ਕਿਤਾਬ ਅੱਲਾਹ, ਕੁਰਾਨ ਪਾਕ ਤੋਂ ਬਾਅਦ ਕੁਤਬ ਅਜ਼ੀਜ਼ ਵਿੱਚੋਂ ਸਭ ਤੋਂ ਫੋਕੀਅਤ ਰੱਖਣ ਵਾਲੀ ਕਿਤਾਬ ਬੁਖਾਰੀ। ਸਾਡੇ ਆਕਾ ਨਮਾਜ਼ ਪੜ੍ਹਦੇ ਅੱਗੇ ਤੁਰ ਪਏ, ਫਿਰ ਪਿੱਛੇ ਹਟ ਗਏ। ਐਸਾ ਹੱਥ ਵੀ ਚੁੱਕਿਆ, ਯਾ ਬਾਬਾ ਜੀ ਪੁੱਛਿਆ ਦੂਰ ਕਰੀਏ, ਸਾਡੇ ਮਾਂ ਬਾਪ ਪਰਿਵਾਰ ਕਰੀਏ, ਅੱਗੇ ਨਹੀਂ ਇਸ ਤਰ੍ਹਾਂ ਕਰਦਿਆਂ ਵੇਖਿਆ। ਫਰਮਾਇਆ ਮੈਂ ਜੰਨਤ ਵੇਖੀ ਸੀ, ਜੰਨਤ ਵੇਖੀ ਸੀ। ਤੇ ਜਦੋਂ ਮੈਂ ਹੱਥ ਚੁੱਕਿਆ ਸੀ, ਜੰਨਤ ਵਿੱਚੋਂ ਇੱਕ ਫਲ ਵਾਲੀ ਟਹਿਣੀ ਪਕੜਨੀ ਸੀ। ਤਨਾਵਲ ਤੋਂ ਵਾਹਿਦ ਮੁਤਕੱਲਮ ਫਿਰ ਮਾਜ਼ੀ ਦਾ ਸੀਗਾ, ਤਨਾਵਲ ਤੋਂ। ਫਰਮਾਇਆ ਮੈਂ ਜੰਨਤ ਵਿੱਚੋਂ ਫਲ ਵਾਲੀ ਟਹਿਣੀ ਫੜ ਲਈ ਸੀ। ਬੁਖਾਰੀ ਚ ਨਾ ਹੋਵੇ ਤੇ ਮੈਂ ਮੁਜਰਿਮ। ਜੰਨਤ ਵਿੱਚੋਂ ਫਲ ਵਾਲੀ ਟਹਿਣੀ ਫੜ ਲਈ ਸੀ। ਉਹ ਮਦੀਨਾ ਸ਼ਰੀਫ ਤੇ 4700 ਕਿਲੋਮੀਟਰ ਏ, 5000 ਕਿਲੋਮੀਟਰ ਤੋਂ ਵੀ ਕੁਝ ਘੱਟ ਏ। ਇੱਥੋਂ ਮਦੀਨਾ ਪਾਕ 5000 ਕਿਲੋਮੀਟਰ ਤੋਂ ਕੁਝ ਘੱਟ ਏ, ਤੇ ਪਹਿਲਾ ਸਮਾਨ ਕਰੋੜਾਂ ਮੀਲਾਂ ਦੂਰ। ਫਿਰ ਉਹਦੀ ਮੋਟਾਈ ਹੋਣੀ, ਫਿਰ ਦੂਸਰਾ, ਫਿਰ ਤੀਸਰਾ, ਫਿਰ ਚੌਥਾ, ਫਿਰ ਪੰਜਵਾਂ, ਫਿਰ ਛੇਵਾਂ, ਸੱਤਵਾਂ, ਸੱਤਾਂ ਸਮਾਨਾਂ ਨੇ ਉੱਤੇ ਜੰਨਤ। ਮੈਂ ਕਹਿੰਦਾ ਜਿਹੜੇ ਅਰਬਾਂ ਖਰਬਾਂ ਮੀਲਾਂ ਤੋਂ ਦੂਰ ਜ਼ਮੀਨ ਤੇ ਖਲੋ ਕੇ ਜੰਨਤ ਦੇ ਫਲ ਦੇ ਦਰਖਤਾਂ ਦੀਆਂ ਟਹਿਣੀਆਂ ਨੂੰ ਫਲ ਲੈਂਦੇ ਨੇ, ਉਹ ਜੇ ਮਦੀਨੇ ਰਹਿੰਦੇ ਆ, ਇੱਥੇ ਕਿਸੇ ਗਿਰਦੇ ਗੁਲਾਮ ਨੂੰ ਹੱਥ ਪਾ ਕੇ ਫਲ ਲੈਣ, ਇਹ ਮੁਸ਼ਕਲ ਨਾਮੁਮਕਿਨ ਤੇ ਨਹੀਂ। ਜਿਸ ਵਾਸਤੇ ਗੱਲਾਂ ਈਮਾਨ ਵਾਲਿਆਂ ਦਾ ਈਸਾ ਇਹ ਗੱਲਾਂ ਸੁਣ ਕੇ ਉਹ ਖੁਸ਼ ਹੁੰਦੇ ਨੇ, ਜਿਨ੍ਹਾਂ ਦੇ ਈਮਾਨ ਦੀਆਂ ਤਾਰਾਂ ਸਲਾਮਤ ਨੇ, ਜਿਨ੍ਹਾਂ ਦੇ ਕਨੈਕਸ਼ਨ ਈਮਾਨ ਦੇ ਸਲਾਮਤ ਨੇ। ਅੱਲਾਹ ਸਲਾਮਤ ਰੱਖੇ ਮੇਰੇ ਤੇ ਤੁਹਾਡੇ ਸੋਹਣੇ ਨਬੀ ਪਾਕ ਆਖੋ ਸੱਲੱਲਾਹੁ ਅਲੈਹਿ ਵਸੱਲਮ। ਮੌਲਾ ਅਲੀ ਦੇ ਭਾਈ ਹਜ਼ਰਤ ਜਾਫਰ ਤੇ ਯਾਰ ਦਾ ਨਾਮ ਸੁਣਿਆ ਜੇ, ਜੇਕੇ ਮੁੱਲਤ ਸ਼ਹੀਦ ਜ਼ੈਦ ਬਿਨ ਅਰਜ਼ ਅਬਦੁੱਲਾ ਇਬਨ ਰਵਾਹਾ ਹਜ਼ਰਤ ਜਾਫਰ ਤੇ ਯਾਰ, ਸਰਕਾਰ ਮਹਜਿਦ ਨਬੀ ਤੁਸੀਂ ਆਪਾਂ ਦੇ ਝੁਰਮਟ 'ਚ ਬੈਠੇ ਬੈਠੇ ਆਂਸੂ ਵਹਾ ਰਹੇ ਨੇ, ਤੇ ਫਿਰ ਸਰਕਾਰ ਰੋਂਦੇ ਆਏ ਹੱਸਣ ਲੱਗ ਪਏ। ਯਾ ਨਬੀ ਅੱਲਾ ਹੱਸੇ ਕਿਉਂ? ਹਜ਼ੂਰ ਰੋਣਾ ਤੇ ਸਮਝ ਆਇਆ ਕਿ ਤੁਹਾਡੇ ਯਾਰ ਜੁਦਾ ਹੋਏ ਨੇ, ਤੇ ਹੱਸੇ ਕਿਉਂ? ਮੈਂ ਰੋਇਆ ਤੇ ਯਾਰਾਂ ਦੀ ਜੁਦਾਈ ਤੇ ਸਨ। ਹਜ਼ੂਰ ਹੱਸੇ ਕਿਉਂ? ਪਰ ਮੈਂ ਵੇਖਿਆ ਨਾ ਜੰਨਤ ਦੇ ਵਿੱਚ ਪਲੀਆਂ ਤੇ ਬੈਠੇ ਆਪਣੇ ਸਾਹਮਣੇ, ਉਹ ਇੱਕ ਦੂਸਰੇ ਨੂੰ ਵੇਖ ਕੇ ਹੱਸਣ ਦੇ ਨੇ, ਉਹਨਾਂ ਨੂੰ ਵੇਖ ਕੇ ਮੇਰਾ ਹਾਸਾ ਵੀ ਨਿਕਲ ਗਿਆ। ਇਸ ਵਾਸਤੇ ਕਹਿੰਦੇ ਨਾ ਬੈਠੇ ਨੇ ਮਦੀਨੇ ਵਿੱਚ ਦੋ ਜੱਗ ਦੀ ਖਬਰ ਰੱਖਦੇ, ਆਪਣੇ ਸੋਹਣੇ ਕੀੜੇ ਦਾ ਖੁੱਲ ਕੇ ਇਜ਼ਹਾਰ ਕਰਦੇ, ਜਿਹਨੇ ਰੱਬ ਨੇ ਤੱਕ ਦਿੱਤੀ ਉੱਚੀ ਆਖੋ ਬੈਠੇ ਨੇ ਮਦੀਨੇ। ਆਕਾ ਦੇ ਫਕੀਰਾਂ ਨੂੰ